HS ਫੂਲਕਾ ਅੱਜ ਬਰਨਾਲਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ। ਇਸ ਮੌਕੇ ਫੂਲਕਾ ਨੇ ਦੋਨੋਂ ਰਵਾਇਤੀ ਪਾਰਟੀਆਂ ਨੂੰ ਪੰਥਕ ਮੁੱਦਿਆਂ ਉੱਤੇ ਘੇਰਨ ਦੀ ਕੋਸ਼ਿਸ਼ ਕੀਤੀ। ਕੈਪਟਨ ਅਮਰਿੰਦਰ ਸਿੰਘ ਤੇ ਸੁਖਵੀਰ ਸਿੰਘ ਬਾਦਲ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ HS ਫੂਲਕਾ ਨੇ 1984 ਕਤਲੇਆਮ ਦੇ ਕੇਸ ਪੈਸੇ ਲੈ ਕੇ ਲੜੇ ਨੇ। ਫੂਲਕਾ ਨੇ ਦੋਨੋਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਚੈਲੰਜ ਕੀਤਾ ਕਿ ਜੇਕਰ ਉਹ ਸੱਚੇ ਨੇ ਤਾਂ ਸਬੂਤ ਲਿਆ ਕੇ ਦਿਖਾਉਣ। ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ HS ਫੂਲਕਾ ਉੱਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਫੂਲਕਾ ਨੇ 1984 ਦੇ ਕੇਸ ਪੈਸੇ ਲੈ ਕੇ ਲੜੇ ਨੇ। HS ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਚੈਲੰਜ ਕੀਤਾ ਹੈ ਕਿ ਉਹ ਇਸ ਦਾ ਸਬੂਤ ਲਿਆ ਦੇਣ। ਫੂਲਕਾ ਨੇ ਇਸ ਬਿਆਨਬਾਜ਼ੀ ਨੂੰ ਸਿਆਸੀ ਲਾਹਾ ਲੈਣ ਲਈ ਕੀਤੀ ਜਾ ਰਹੀ ਬਿਆਨਬਾਜ਼ੀ ਕਰਾਰ ਦਿੱਤਾ ਹੈ। ਮੈਂ ਇਹ ਅਮਰਿੰਦਰ ਸਿੰਘ ਤੇ ਬਾਦਲ ਕੇ ਇਹ ਇਦੋਂ ਵੱਡਾ ਮਿਲਣ ਦਾ ਹੋਰ ਕੀ ਸਬੂਤ ਹੋਊਗਾ ਕਿ ਅਮਰਿੰਦਰ ਸਿੰਘ ਵੀ ਉਹੀ ਕਹਿ ਰਿਹਾ ਤੇ ਬਾਦਲ ਕੇ ਵੀ ਉਹੀ ਕਹਿ ਰਹੇ ਆ। ਪਰ ਇਹ ਫੋਖੇ ਖੋਖਲੇ ਕਹਿਣਾ ਹੀ ਕਹਿਣਾ। ਕੱਲ੍ਹ ਅਮਰਿੰਦਰ ਨੇ ਕਿਹਾ ਸੀ ਕਿ ਇਹਨਾਂ ਨੇ ਆਪਣੇ ਯੂਨੀਅਰ ਦੇ ਨਾਮ 'ਤੇ ਪੈਸਾ ਲਿਆ। ਮੈਂ ਉਹਨੂੰ ਅੱਜ ਚੈਲੰਜ ਕੀਤਾ ਕਿ ਯੂਨੀਅਰ ਦੇ ਨਾਮ ਦੇ ਉਹ ਭੱਜ ਗਿਆ। ਸੁਖਵੀਰ ਬਾਦਲ ਨੇ 2 ਸਾਲ ਪਹਿਲਾਂ ਕਿਹਾ ਸੀ, ਮੈਂ ਕਿਹਾ ਤੂੰ ਸਾਬਤ ਕਰਕੇ ਦਿਖਾ, ਉਹ ਭੱਜ ਗਏ। ਅਤੇ ਹੁਣ ਇਹ ਬਾਦਲਾਂ ਨੂੰ ਅੱਜ ਮੈਂ ਫਿਰ ਕਹਿਣਾ, ਜੇ ਤੁਸੀਂ ਸਾਬਤ ਕਰਕੇ ਦਿਖਾਓ, ਜੇ ਤੁਹਾਡੇ 'ਚ ਦਮ ਆ ਹਿੰਮਤ ਆ ਤਾਂ ਆਪ ਅੱਗੇ ਆਓ। ਆਪਣੇ ਆਪ ਨੂੰ ਪੰਥ ਦੀ ਨੁਮਾਇੰਦਾ ਜਮਾਤ ਮੰਨਣ ਵਾਲੀ ਅਕਾਲੀ ਦਲ ਉੱਤੇ ਸ਼ਬਦੀ ਹਮਲਾ ਬੋਲਦਿਆਂ ਹੋਇਆਂ ਫੂਲਕਾ ਨੇ ਜਵਾਬ ਮੰਗਿਆ ਹੈ ਕਿ ਜਦੋਂ ਉਹ 1984 ਕਤਲੇਆਮ ਦੋਸ਼ੀ HKL ਭਗਤ ਨੂੰ ਜੇਲ੍ਹ ਕਰਵਾਈ ਸੀ ਤਾਂ ਗਵਾਹਾਂ ਨੂੰ ਮਕਰਾਉਣ ਵਾਲੇ ਅਕਾਲੀ ਆਗੂ ਅੱਜ ਤੱਕ ਅਕਾਲੀ ਦਲ ਦੇ ਉੱਚ ਅਹੁਦਿਆਂ 'ਤੇ ਕਿੰਜ ਵਿਰਾਜਮਾਨ ਨੇ। ਬਾਦਲ ਕੇ ਇਸ ਗੱਲ ਦਾ ਜਵਾਬ ਦੇਣ, ਜਦੋਂ ਮੈਂ HKL ਭਗਤ ਨੂੰ ਜੇਲ੍ਹ ਕਰਵਾਇਆ ਸੀ ਤਾਂ ਉਦੋਂ ਗਵਾਹਾਂ ਨੂੰ ਮਕਰਾਉਣ ਵਾਲੇ 2 ਅਕਾਲੀ ਦਲ ਦੇ ਲੀਡਰ, ਜਿਨ੍ਹਾਂ ਨੂੰ ਤਨਖਾਹੀਆ ਵੀ ਡਿਕਲੇਅਰ ਕੀਤਾ ਗਿਆ, ਅੱਜ ਤੱਕ ਉਹ ਅਕਾਲੀ ਦਲ ਦੇ ਉੱਤੇ ਉੱਪਰ ਪੂਰੀਆਂ ਉੱਚੀਆਂ ਪਦਵੀਆਂ 'ਤੇ ਕਿਵੇਂ ਬੈਠੇ ਆ। HS ਫੂਲਕਾ ਨੇ ਦੋਨਾਂ ਰਵਾਇਤੀ ਪਾਰਟੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। HS ਫੂਲਕਾ ਨੇ ਦੋਨਾਂ ਪਾਰਟੀਆਂ ਉੱਤੇ ਝੂਠ ਬੋਲਣ ਦਾ ਇਲਜ਼ਾਮ ਲਗਾ ਕੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਅੱਜ ਤੱਕ ਕਦੇ ਸੱਚ ਬੋਲਿਆ ਹੀ ਨਹੀਂ। ਇਹਨਾਂ ਤਾਂ ਝੂਠ ਬੋਲਣ ਦੀ ਆਦਤ ਆ, ਇਹ ਤਾਂ ਇਹ ਸੋਚਦੇ ਆ, ਇਹਨਾਂ ਦੀ ਸੋਚ ਆ ਕਿ ਪੰਜਾਬ ਦੀ ਜਨਤਾ ਨੂੰ ਇਹ ਬੁੱਧੂ ਬਣਾ ਸਕਦੇ ਆ। ਪੰਜਾਬ ਦੀ ਜਨਤਾ ਨੂੰ ਕੁਛ ਪਤਾ ਨਹੀਂ, ਪਰ ਇਹਨਾਂ ਨੇ ਬੜਾ ਇਹਨਾਂ ਨੂੰ ਜਨਤਾ ਨੂੰ ਬੁੱਧੂ ਬਣਾ ਲਿਆ। ਹੁਣ ਜਨਤਾ ਜਾਣ ਗਈ ਆ, ਜਨਤਾ ਜਾਗ ਪਈ ਆ, ਔਰ ਜਨਤਾ ਇਹਨਾਂ ਨੂੰ ਜਵਾਬ ਚੰਗੀ ਤਰ੍ਹਾਂ ਦਿਓਗੀ। ਹੁਣ ਉਹ ਸੁਖਵੀਰ ਨੇ ਤਾਂ ਮੇਰਾ ਖਿਆਲ ਅੱਜ ਤੱਕ ਸੱਚ ਕਿਹੜਾ ਬੋਲਿਆ, ਤੁਸੀਂ ਇੱਕ ਵੀ ਤਾਂ ਦੱਸ ਦਿਓ ਨਾ ਜਿਹੜਾ ਉਹਨੇ ਸੱਚ ਬੋਲਿਆ ਹੋਵੇ। ਹੈ ਅਤੇ ਇਹ ਜੇ ਝੂਠੇ ਇਲਜ਼ਾਮ ਲਗਾਉਣਾ ਤਾਂ ਉਹਦੀ ਆਦਤ ਆ, ਉਹਦਾ ਕੰਮ ਆ। ਆਮ ਆਦਮੀ ਪਾਰਟੀ ਦੇ ਆਗੂ HS ਫੂਲਕਾ ਨੇ ਵਿਰੋਧੀਆਂ ਦੇ ਇਲਜ਼ਾਮਾਂ ਨੂੰ ਝੂਠਾ ਕਰਾਰ ਦੇ ਕੇ 1984 ਕਤਲੇਆਮ ਸੰਬੰਧੀ ਰਵਾਇਤੀ ਪਾਰਟੀਆਂ ਨੂੰ ਕੁਝ ਸਵਾਲ ਕੀਤੇ ਨੇ। ਇਲਜ਼ਾਮ ਲਗਾਉਣ ਵਾਲੀਆਂ ਰਵਾਇਤੀ ਪਾਰਟੀਆਂ ਹੁਣ ਇਸਦਾ ਜਵਾਬ ਦਿੰਦੀਆਂ ਨੇ ਜਾਂ ਹਮੇਸ਼ਾ ਦੀ ਤਰ੍ਹਾਂ ਇਹਨਾਂ ਬਿਆਨਾਂ ਨੂੰ ਰਾਜਨੀਤਿਕ ਬਿਆਨ ਹੋਣ ਦਾ ਜਾਮਾ ਪਹਿਨਾਇਆ ਜਾਵੇਗਾ, ਇਹ ਦੇਖਣਾ ਹੋਵੇਗਾ। ਬਿਊਰੋ ਰਿਪੋਰਟ, ਗਲੋਬਲ ਪੰਜਾਬ TV।